ਚੀਤੇ ਮੌੜ ਵੱਲੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਜੀ। 32 ਕਰੋੜ ਦੀ ਜਾਇਦਾਦ ਰਣਜੀਤ ਸਿੰਘ ਨੇ ਗ੍ਰੈਬ ਕਰ ਲਈ ਹੈ, ਹਥਿਆ ਲਈ ਹੈ। ਰਣਜੀਤ ਸਿੰਘ ਜੀਤਾ ਮੌੜ ਅਤੇ ਦਵਿੰਦਰ ਸਿੰਘ ਜਿਹੜਾ ਜਵਾਰਾ ਜੀ, ਇਹ ਡਰੱਗ ਰੈਕਟ ਚਲਾਉਂਦੇ ਆ ਜੀ ਬੜਾ ਤਕੜਾ। ਕਹਿੰਦਾ ਮੇਰਾ ਸੌਦਾ ਉਹ ਕੈਂਸਲ ਹੋ ਗਿਆ ਵਾ, ਮੈਂ ਤੁਹਾਨੂੰ ਪੈਸੇ ਦਊਂਗਾ। ਮੈਨੂੰ 1 ਸਾਲ ਦਾ ਟਾਈਮ ਦਿੱਤਾ, ਜਦ ਸਾਡੇ ਕੋਲ ਹੋਰ ਕੁਛ ਹੈ ਨਹੀਂ ਸੀ ਜਿੱਲਾ ਕੋਈ, ਅਸੀਂ 500 ਰੁਪਈਆ ਸਟਾਮ ਦੇ ਉੱਤੇ ਲਿਖਾ ਕੇ 7 ਕਰੋੜ 39 ਲੱਖ ਰੁਪਈਆ ਕੋਲ ਲੈਣਾ ਵਾ, ਅਤੇ ਉਹਨੇ ਬਿਆਨਾ ਲਿਖ ਕੇ 1 ਸਾਲ ਦਾ ਟਾਈਮ ਪਾ ਲਿਆ। ਜਦੋਂ 1 ਸਾਲ ਦਾ ਟਾਈਮ ਵੀ ਲੰਘ ਗਿਆ, ਫਿਰ ਵੀ ਨਾ ਇਹ ਸਾਨੂੰ ਲੱਭੇ ਨਾ, ਕਦੇ ਕਿਤੇ ਕਿਤੇ ਚਲ ਜਾਵੇ, ਕਦੇ ਕਿਤੇ ਚਲ ਜਾਵੇ, ਕਦੇ ਕਨੇਡਾ, ਕਦੇ ਕਹਿੰਦੇ ਮੈਂ ਉੱਥੇ ਗਿਆ, ਕਦੇ ਕਹਿੰਦੇ ਮੈਂ ਉੱਥੇ ਗਿਆ, ਸਾਨੂੰ ਲੱਭੇ ਨਾ। ਰਣਜੀਤ ਸਿੰਘ ਜੀਤੇ ਮੌੜ ਨੂੰ ਜਦੋਂ ਪਤਾ ਲੱਗਾ ਵੀ ਮੈਂ ਇਸ NRI ਦੀ ਮਦਦ ਕਰ ਰਿਹਾ, ਅਤੇ ਇਸ ਦਾ ਮੈਨੂੰ ਫੋਨ ਆਉਂਦਾ 25/11/2019 ਨੂੰ, ਜਿਹਦੇ 'ਚ ਸਾਫ਼ ਲਫ਼ਜ਼ਾਂ ਦੇ ਵਿੱਚ ਮੈਨੂੰ ਕਹਿੰਦਾ ਵੀ ਤੇਰੇ ਸਿਰ ਦੇ ਵਿੱਚ ਗੋਲੀਆਂ ਮਾਰਾਂਗਾ, ਤੂੰ ਮੈਨੂੰ ਹਜੇ ਜਾਣਦਾ ਨਹੀਂ। 23/6/18 ਨੂੰ ਕਪੂਰਥਲਾ CI ਸਟਾਫ ਦੀ ਪੁਲਿਸ ਨੇ ਇਹਨਾਂ ਦੇ ਬੰਦਿਆਂ ਦੇ ਉੱਤੇ ਰੇਡ ਕੀਤਾ ਸੀਗਾ, ਇਹਨਾਂ ਦੇ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਲਏ ਸੀਗੇ। ਇਹ ਮੁੜ ਕੇ ਦੂਜੇ ਤੀਜੇ ਦਿਨ ਆਏ, ਫਿਰ ਪੈਸੇ ਲੈ ਕੇ ਆਏ, ਅਤੇ ਇਹਨਾਂ ਨੇ ਬਿਆਨਾ ਲਿਖਾਇਆ, 2 ਕਰੋੜ ਰੁਪਈਆ ਸਾਨੂੰ ਦੇ ਦਿੱਤਾ ਬਿਆਨੇ ਦਾ, ਤਕਰੀਬਨ 2 ਕਰੋੜ 80 ਲੱਖ ਰੁਪਈਆ ਸਾਨੂੰ ਬਿਆਨਾ ਇਹਨਾਂ ਨੇ ਦੇ ਦਿੱਤਾ ਸਾਰਾ। ਮੈਨੂੰ ਰਿਕਾਰਡਿੰਗ ਆਈ ਹੈ ਜੀ, UK ਤੋਂ ਕਿਸੇ ਨੇ ਭੇਜੀ ਹੈ। ਉਸ ਰਿਕਾਰਡਿੰਗ ਦੇ ਵਿੱਚ ਰਣਜੀਤ ਸਿੰਘ ਕਹਿ ਰਿਹਾ, ਜਿਨ੍ਹਾਂ ਮੁੰਡਿਆਂ ਤੋਂ ਮੈਂ ਸੁੱਖਾ ਕਾਹਲਵਾਂ ਨੂੰ ਮਰਵਾਇਆ ਸੀ, ਉਹਨਾਂ ਮੁੰਡਿਆਂ ਨੇ ਹੀ ਚਰਨ ਸਿੰਘ ਦੇ ਉੱਤੇ ਹਮਲਾ ਕੀਤਾ। ਇਹਨਾਂ ਨੇ ਹੋਰ ਬੰਦੇ ਦੁਆਰਾ ਆਪਣੇ ਭੇਜ ਕੇ ਪੁਲਿਸ ਪਾਰਟੀ ਦੇ ਉੱਤੇ ਕਾਤਲਾਨਾ ਹਮਲਾ ਕੀਤਾ। ਇਹਨੇ ਉਹਦੇ ਕੋਈ ਅਪਰੋਚ ਕਰ ਲਈ ਜਾ ਕੇ, ਉਹ ਵੀ ਇਹੀ ਲਾਪਿਆ ਗੱਲ ਕਹਿਣ, ਕਹਿੰਦਾ ਮੈਂ ਤੁਹਾਡਾ ਰਾਜ਼ੀਨਾਮਾ ਕਰਾ ਦੇਣਾ, ਕੋਈ ਗੱਲ ਨਹੀਂ, ਤੁਸੀਂ ਰਹਿਣ ਦਿਓ, ਨਾ ਚੱਕਰਾਂ 'ਚ ਪਵੋ ਕੋਰਟਾਂ ਦੇ, ਤੁਸੀਂ ਇੱਦਾਂ ਹੋ ਜੋ ਉੱਦਾਂ ਜੋ, ਕਰਦਿਆਂ ਸੀ ਸਾਡਾ ਤਕਰੀਬਨ 1 ਸਾਲ ਹੀ ਨਿਘਾਤਾ ਉਹਨੇ ਵੀ। ਇਹਨਾਂ ਜ਼ਖਮੀ ਪੁਲਿਸ ਵਾਲਿਆਂ ਨੂੰ ਜਿਹੜਾ ਚੱਕੇ ਅਸੀਂ ਹੋਸਪਿਟਲ ਲੈ ਕੇ ਜਾਂਦੇ ਸਿਵਲ ਹਸਪਤਾਲ ਕਪੂਰਥਲੇ, ਔਰ ਪੁਲਿਸ ਵਾਲਿਆਂ ਨੇ ਮੇਰੇ ਭਰਾ ਬਲਕਾਰ ਸਿੰਘ ਮੰਤਰੀ ਦੀ ਅਤੇ ਔਰ ਮੇਰੀ ਗਵਾਹੀ ਜਿਹੜੀ ਆ ਰੱਖ ਲੈਂਦੇ ਆ ਆਪਣੇ ਹੱਕ ਦੇ ਵਿੱਚ। ਮੈਂ ਤਾਂ ਖੇਤਾਂ 'ਚ ਇਕੱਲਾ ਰਹਿੰਦਾ ਵਾਂ, ਦੋਵੇਂ ਜੀ ਬੱਚੇ ਪਰਿਵਾਰ ਸਾਰਾ ਬਾਹਰ, ਔਰ ਡਰਦੇ ਨਹੀਂ ਉੱਤੋਂ ਆਉਂਦੇ ਇੱਧਰ, 5-5 ਸਾਲ ਹੋ ਗਏ ਗਿਆਨ ਜੀ ਉਹਨਾਂ ਨੂੰ। ਰਣਜੀਤ ਸਿੰਘ ਜੀਤਾ ਮੌੜ ਔਰ ਦਵਿੰਦਰ ਸਿੰਘ ਜਵਾਰਾ ਆਪਣੇ ਸਾਥੀਆਂ ਦੇ ਕੋਲੋਂ ਮੇਰੇ ਬ੍ਰਦਰ ਦਾ ਜਿਹੜਾ ਕਤਲ ਕਰਵਾ ਦਿੰਦਾ ਜੀ। ਫੋਨ ਕੀਤਾ ਉਹਨਾਂ, ਤੂੰ ਕਿੱਥੇ ਚੰਦ ਸਿੰਘ, ਕਹਿੰਦਾ ਮੈਂ ਕਪੂਰਥਲੇ ਹਾਂ। ਮੈਂ ਫਿਰ ਫੋਨ ਕੱਢਿਆ, ਕਹਿੰਦਾ ਉੱਦਾਂ ਕਿਤੇ ਗੱਲ ਦੱਸੀ ਹੋਣੀ ਇਹਨੂੰ, ਦਿਖਾਲੀ ਨਹੀਂ ਕਪੂਰਥਲੇ ਬੇਟਾ। ਮੈਂ ਉਹਨੂੰ ਫੋਨ, ਮੈਂ ਸਾਰਿਆ ਕਪੂਰਥਲੇ, ਕਹਿੰਦਾ ਕਪੂਰਥਲੇ ਕਿੱਥੇ ਆ, ਕਹਿੰਦਾ ਫੋਨ ਔਨ ਰੱਖ, ਦੂਜਾ ਮੈਂ ਔਨ ਕਰਦਾ ਉੱਤੇ ਮੈਨੂੰ ਕਾਲ ਕਰ, ਇਹਦੀਆਂ ਸੁਣਾਉਣਾ ਗੱਲਾਂ ਤੈਨੂੰ। ਮੈਂ ਚੰਦ ਸਿੰਘ ਨੂੰ ਫੋਨ ਕੀਤਾ, ਕਹਿੰਦਾ ਮੈਂ ਤਾਂ ਕਪੂਰਥਲੇ, ਉਹਦਾ ਫੋਨ ਔਨ ਸੀ, ਮੈਂ ਲੱਗ ਸੁਣ ਪਿਆ ਮੈਨੂੰ, ਮੈਂ ਵੱਡੀ ਬੇਟਾ ਮੈਨੂੰ, ਮੈਂ ਫਿਰ ਉੱਥੋਂ ਹੀ ਮੁੰਡਾ ਨਹੀਂ ਸੁੱਖਾ ਕਾਲ ਮਾਲਾ ਨਹੀਂ ਮਾਰਿਆ ਜਿਹਨਾਂ ਨੇ, ਮੈਂ ਉਸੇ ਵੇਲੇ ਉਹਨੂੰ ਫੋਨ ਕੀਤਾ ਮੁੰਡੇ ਨੂੰ, ਨਵੇਂ ਮੇਰੇ ਆਉਂਦੇ ਨੂੰ ਇਹਦੇ ਫੋਨ ਫਾਨ ਖੋ ਗਿਆ, ਇਹਨੂੰ ਸਵਾਦ ਲੱਤ ਵਾਹ ਤੋੜਨੀਆਂ ਸੀਗੀਆਂ, ਬਸ ਇਸ ਤੋਂ ਬਾਅਦ ਕੁਛ ਨਾ ਕਰਿਓ। ਉਹ ਕਿਸਮਤ ਮਾੜੀ ਸੀ, ਇੰਨਾ ਕਹਿ ਕੇ ਭਾਅ ਜੀ ਮੈਂ ਜਹਾਜ਼ ਜੋੜ ਗਿਆ। ਉਹ ਮੇਰੇ ਫੋਨ ਪਹਿਲਾਂ ਚੱਲਦੇ ਸੀ ਏਅਰਟੈੱਲ, ਏਅਰਟੈੱਲ ਮੈਂ ਵੋਡਾ ਦੇ ਲੈ ਲਿਆ ਜੋ ਸਰਵਿਸ ਦਾ ਕਰਕੇ, ਉਸ ਉਹਦਾ ਤਾਂ ਮੇਰੀ ਜਿਹੜਾ ਬਾਹਰ ਕਾਲਾਂ ਹਲੇ ਚਲਾਉਣੀਆਂ ਸੀ ਦਿਮਾਗ 'ਚ ਹੀ ਨਹੀਂ, ਡਬੀ ਉੱਤਰ ਕੇ ਫੋਨ ਚੱਲਣੇ ਸੀ ਤਾਂ ਹੁਣ ਇੱਥੇ ਚੱਲਦੇ ਆ, ਉਹ ਸਾਰੇ ਏਅਰਪੋਰਟ ਤੋਂ ਉਤਰਿਆ ਚੱਲੇ। ਮੈਂ ਪਛਤਾਇਆ ਵੀ ਯਾਰ ਕੀ ਕਰ, ਕਿਹੜੇ ਬਾਂਦਰਾਂ ਨੂੰ ਕੰਮ ਕਰਤਾ, ਬੇਕੂ ਹੈਗੇ ਦੇ ਰੁਚੀ ਹੁਣੇ ਗਲਤੀ ਨਾ ਕਰ ਦੇਣ, ਉਹ ਸਾਡੀ ਕਿਸਮਤ। ਮੈਂ ਸਾਡਾ ਏਅਰਪੋਰਟ 'ਤੇ ਵਾਈਫਾਈ ਤੋਂ ਇੰਟਰਨੈਟ 'ਤੇ ਕਾਲ ਨਾ ਹੋਵੇ, ਉਹ ਕਾਰਡ ਸਾਡਾ ਰਾਤ ਨੂੰ 11 ਵਜੇ ਫਲਾਈਟ ਲੱਗੀ, ਦੁਕਾਨ ਬੰਦ। ਹੁਣ ਹੋਟਲ 'ਤੇ ਜਾਣਾ ਉੱਥੋਂ ਘੱਟੋ ਘੰਟਾ ਲੱਗਦਾ, ਐਟਲਾਂਟਿਸ ਦਾ ਹੋਟਲ ਜਿਹੜਾ ਘੰਟਾ ਲੱਗਣਾ ਉੱਥੋਂ ਏਅਰਪੋਰਟ ਤੋਂ ਗਿਆ ਮੈਂ, ਉਹ ਜਦ ਤੱਕ ਉਹਦਾ ਕੰਮ ਹੋ ਗਿਆ ਭਾਈ। ਅੰਦਰ ਬੜਿਆ ਹਲੇ ਨਾ, ਅੰਦਰ ਬੜਿਆ ਪਹਿਲੀ ਫੋਨ ਵਾਈਫ ਨੂੰ ਕੀਤਾ, ਵਾਈਫ ਕਹਿੰਦੀ ਤੁਸੀਂ ਵਾਪਸ ਹੁਣੇ ਆ ਜਾਓ। ਮੈਂ ਕੀ ਹੋਇਆ, ਕਹਿੰਦੀ ਉਹਨੂੰ ਵੱਢ, ਕਿਸੇ ਨੇ ਵੱਢਤਾ ਬੱਜਣਾ, ਕਹਿੰਦੀ ਵਾਪਸ ਆ ਉਹਨੂੰ ਵੱਢਦਾ, ਕਿਸੇ ਨੇ ਵੱਢਤਾ, ਮੈਂ ਹੁਣ ਇਹੀ ਕਹਿਣਾ ਇਹਨੂੰ। ਅਤੇ ਮੈਂ ਮਨੀ, ਉਹ ਕਹਿੰਦਾ ਭਾਅ ਜੀ ਉਹਨੇ ਵੱਜਣਾ ਜੀ, ਭਰਾਵਾ ਮੁੜ ਕੇ ਜਿੱਥੇ ਉਹਦੇ ਫੋਨ ਸਿੱਟੇ, ਹੱਥ ਸਿੱਟੇ, ਉੱਤੋਂ ਮੁੰਡਿਆਂ ਨੂੰ ਕਰਦਾ ਉਹਨਾਂ ਹੱਥ ਚੁੱਕੋ, ਹੱਥ ਜਾ ਕੇ ਹੱਥ ਪਤਾ ਲੱਗਣਾ ਹੀ ਸੀ, ਹੁਣ ਹੱਥ ਨਹੀਂ ਕਿਸੇ ਦੇ ਪਹਿਚਾਣ ਨੇ ਹੱਥ ਦਾ, ਪਤਾ ਲੱਗਣਾ ਹੀ ਕੀ ਹੋਇਆ। ਅਤੇ ਉਹ ਫਿਰ ਹੱਥ ਜੁੜ ਗਿਆ, ਪਰ ਕੰਮ ਤਾਂ ਨਹੀਂ ਕਰਦੇ। ਪਰ ਉੱਥੇ ਤਾਂ ਮੈਂ ਇਹ ਗੱਲ ਦੱਸਦਾ ਕਿ ਸਾਡਾ ਗੁੱਸੇ ਨਾ ਕਹੇ ਕਿਸੇ ਕੋਲ ਕੁਛ ਵੀ ਹੋ ਸਕਦਾ ਇੰਡੀਆ 'ਚ, ਸਾਰੀ ਦੁਨੀਆਂ ਨੂੰ ਪਤਾ। ਉਦਨੇ SSP ਨੂੰ ਕਹਿਤਾ ਸੀ ਕਿ ਮੈਂ ਕੀਤਾ, ਮੈਂ ਕੀਤਾ, ਚਲੋ ਸੱਚੇ ਪਾਤਸ਼ਾਹ ਨੂੰ ਨਾਲ ਜਾਣ ਦੇਣੀ, ਬਾਬੇ ਨਾਨਕ ਨੂੰ, ਚਲੋ ਉਹਨੇ ਇੰਨੀ ਇੱਜ਼ਤ ਰੱਖੀ ਜ਼ਿੰਦਗੀ, ਉਸੇ ਵੇਲੇ ਕਹਿਤਾ ਸੀ ਮੈਂ ਕੀਤਾ, ਮੈਂ ਕਿਸੇ ਨੂੰ 76 ਨਾ ਮਾਰਿਓ, ਜੇ ਲੋੜ ਹੋਈ ਮੈਂ ਕਿਹਾ ਮੈਨੂੰ ਫੋਨ ਕਰ ਦਿਓ, ਮੈਂ ਆ ਜਾਊਂਗਾ। 13.5 ਕਰੋੜ ਰੁਪਇਆ ਲਾਇਆ ਭਾਜੀ ਉਹਨੇ, ਦੇਖੋ ਵੀ ਯਾਰੀ ਦੇਖੋ ਜ਼ਿੰਦਗੀ, 13.5 ਕਰੋੜ ਰੁਪਇਆ ਉਹਨੇ ਲਾਇਆ ਗਿਆ, ਅਤੇ ਪਰਚਾ ਉਹ ਪਰਚਾ ਹੋ ਜਾਵੇ ਅਤੇ ਮੇਰੇ 13.5 ਕਰੋੜ ਰੁਪਇਆ ਥੋੜ੍ਹਾ ਨਹੀਂ ਹੁੰਦਾ ਖਰਚਾ ਕਰਨ, ਬਹੁਤ
ਪਰਚਾ ਸਰ ਮੈਂ ਕਿਸੇ ਅਫਸਰ ਨੂੰ ਚਾਰ ਬੱਚੇ ਬਾਏ ਨਹੀਂ ਸੌ ਨਹੀਂ ਖਾਂਦੇ ਹਾਜ ਨਾ ਰਿਹਾ ਕਿ ਨੂੰ ਫੋਨ ਵੀ ਨਹੀਂ ਕੀਤਾ ਮੈਨੂੰ ਬਚਾ ਸਰ ਬਜਾਰੀ ਦੋਸ਼ ਚੀਜ਼ ਨਾਲ ਖੜ ਗਈ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਤੇਰੀ ਮੂਵੀ ਬਣਾਈ ਆ ਠੋਕ ਦਿੱਤਾ ਵਧੀਆ ਕੀਤਾ ਕੌਮਾਂਤਰੀ ਕਬੱਡੀ ਖਿਡਾਰੀ ਰਣਜੀਤ ਸਿੰਘ ਜੀਤਾ ਮੁੜ ਸਵਾਲਾਂ ਦੇ ਘੇਰੇ 'ਚ ਹੈ, ਮੁੜ ਇਲਜ਼ਾਮਾਂ ਦੇ ਘੇਰੇ ਵਿੱਚ ਹੈ। ਉਹਨਾਂ ਦੇ ਪਿੰਡ ਦੇ ਕੁਝ ਲੋਕ ਆਏ ਨੇ, ਕਪੂਰਥਲੇ ਦੇ ਕੁਝ ਲੋਕ ਆਏ ਨੇ, ਸੁਲਤਾਨਪੁਰ ਲੋਧੀ ਤੋਂ ਕੁਝ ਲੋਕ ਆਏ ਨੇ, ਜਿਨ੍ਹਾਂ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਹੈਗੇ ਨੇ ਜੀਤਾ ਮੁੜ 'ਤੇ ਲਾਏ ਗਏ ਨੇ। ਕੁਝ ਤਸਵੀਰਾਂ ਵੀ ਲੈ ਕੇ ਆਏ ਨੇ, ਕੁਝ ਤੱਥ ਵੀ ਉਹ ਸਾਡੇ ਸਾਹਮਣੇ ਪੇਸ਼ ਕਰਨਗੇ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਧੀਰ ਸਿੰਘ ਹੈ ਜੀ। ਜੀ ਤੁਸੀਂ ਕੁਝ ਤਸਵੀਰਾਂ ਵੀ ਲੈ ਕੇ ਆਏ ਹੋ, ਕੀ ਮਾਮਲਾ ਕੀ ਹੈ, ਜੀਤਾ ਮੁੜ ਨਾਲ ਕਿਵੇਂ ਜੁੜ ਰਿਹਾ ਤੁਹਾਡਾ ਮਾਮਲਾ? ਇਹ ਮਾਮਲਾ ਇੱਦਾਂ ਹੈ ਜੀ, ਰਣਜੀਤ ਸਿੰਘ ਜੀਤਾ ਮੋੜ ਅਤੇ ਦਵਿੰਦਰ ਸਿੰਘ ਜਿਹੜਾ ਜਵਾਰਾ ਜੀ, ਇਹ ਡਰੱਗ ਰੈਕਟ ਚਲਾਉਂਦੇ ਆ ਜੀ ਬੜਾ ਤਕੜਾ। ਔਰ ਇਹ ਡਰੱਗ ਦੇ ਵਿੱਚ ਮਾਮਲੇ ਵਿੱਚ ਜਿਹੜਾ ਆਪਣਾ ਦਵਿੰਦਰ ਸਿੰਘ ਜਵਾਰਾ ਅਮੈਰੀਕਾ ਵਿੱਚ ਫੜਿਆ ਵੀ ਗਿਆ ਸੀਗਾ ਜੀ, 85 ਕਿਲੋ ਕੁਕਿੰਗ ਦੇ ਵਿੱਚ। ਔਰ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਬੰਦੇ ਜਿਹੜੇ ਡਰੱਗ ਵੇਚਦੇ ਸੀਗੇ, 23/6/18 ਨੂੰ ਕਪੂਰਥਲਾ CI ਸਟਾਫ ਦੀ ਪੁਲਿਸ ਨੇ ਇਹਨਾਂ ਦੇ ਬੰਦਿਆਂ ਦੇ ਉੱਤੇ ਰੇਡ ਕੀਤਾ ਸੀਗਾ। ਇਹਨਾਂ ਦੇ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਲਏ ਸੀਗੇ। ਔਰ ਉਹ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਾਡੇ ਬੰਦੇ ਗ੍ਰਿਫਤਾਰ ਹੋ ਗਏ, ਇਹਨਾਂ ਨੇ ਹੋਰ ਬੰਦੇ ਦੁਆਰਾ ਆਪਣੇ ਭੇਜ ਕੇ ਪੁਲਿਸ ਪਾਰਟੀ ਦੇ ਉੱਤੇ ਕਾਤਲਾਨਾ ਹਮਲਾ ਕੀਤਾ ਔਰ ਉਹਨਾਂ ਦੇ ਮਹਾਰਾਜ ਸੱਟਾਂ ਮਾਰੀਆਂ, ਉਹਨਾਂ ਦੀਆਂ ਗੱਡੀਆਂ ਤੋੜ ਦਿੱਤੀਆਂ ਗਈਆਂ। ਕਿਹੜੇ ਸਾਲ ਦੀ ਗੱਲ ਕਰ ਰਹੇ ਹੋ? ਇਹ 23/6/18 ਨੂੰ, 18 ਸਾਲਾਂ ਦੇ ਵਿੱਚ ਉਦੋਂ ਇਹਨਾਂ ਦੀਆਂ ਗੱਡੀਆਂ ਤੋੜ ਦਿੱਤੀਆਂ ਗਈਆਂ, ਇਹਨਾਂ ਦੇ ਸੱਟਾਂ ਮਾਰੀਆਂ ਗਈਆਂ ਔਰ ਆਪਣੇ ਜਿਹੜੇ ਸਾਥੀਆਂ ਨੂੰ ਇਹ ਛੁਡਵਾ ਕੇ ਉੱਥੋਂ ਭੱਜ ਜਾਂਦੇ ਆ। ਔਰ ਉਹ ਤੋਂ ਬਾਅਦ ਵਿੱਚ ਅਸੀਂ ਮਹਾਰਾਜ ਦੁਬਾਰਾ ਫਿਰ ਕਪੂਰਥਲਾ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਮਗਰ ਪੁਲਿਸ ਹੋਰ ਆ ਜਾਂਦੀ ਆ। ਔਰ ਇਹਨਾਂ ਮਹਾਰਾਜ ਜ਼ਖਮੀ ਪੁਲਿਸ ਵਾਲਿਆਂ ਨੂੰ ਜਿਹੜਾ ਚੱਕ ਕੇ ਅਸੀਂ ਹੋਸਪਿਟਲ ਲੈ ਕੇ ਜਾਂਦੇ ਸਿਵਲ ਹਸਪਤਾਲ ਕਪੂਰਥਲੇ। ਔਰ ਪੁਲਿਸ ਵਾਲਿਆਂ ਨੇ ਮੇਰੇ ਭਰਾ ਬਲਕਾਰ ਸਿੰਘ ਮੰਤਰੀ ਦੀ ਅਤੇ ਔਰ ਮੇਰੀ ਗਵਾਹੀ ਜਿਹੜੀ ਆ ਰੱਖ ਲੈਂਦੇ ਆ ਆਪਣੇ ਹੱਕ ਦੇ ਵਿੱਚ। ਔਰ ਉਸ ਗਵਾਹੀ ਨੂੰ ਲੈ ਕੇ ਰਣਜੀਤ ਸਿੰਘ ਜੀਤਾ ਮੌੜ ਔਰ ਦਵਿੰਦਰ ਸਿੰਘ ਜਵਾਰਾ ਆਪਣੇ ਸਾਥੀਆਂ ਦੇ ਕੋਲੋਂ ਮੇਰੇ ਬ੍ਰਦਰ ਦਾ ਜਿਹੜਾ ਕਤਲ ਕਰਵਾ ਦਿੰਦਾ ਜੀ। ਤੁਹਾਡੇ ਬ੍ਰਦਰ ਨੇ ਦੇਖਿਆ ਸੀ ਸਰ ਉਹ ਅਟੈਕ? ਹਾਂਜੀ। ਔਰ ਇਹਦਾ ਕਤਲ ਕਰਵਾਉਣ ਦੀ ਵਜ੍ਹਾ ਇਹ ਸੀ ਕਿ ਇਹ ਸਾਨੂੰ ਵਾਰ ਵਾਰ ਮੇਰੇ ਭਰਾ ਨੂੰ ਜਿਹੜੀਆਂ ਧਮਕੀਆਂ ਦਿੰਦੇ ਸੀਗੇ। ਧਮਕੀਆਂ ਦੇਣ ਦੀ ਇਹ ਸੀਗਾ ਵੀ ਤੂੰ ਹੀ ਗਵਾਹੀ ਤੋਂ ਮੁੱਕਰ ਜਾਓ, ਗਵਾਹੀ ਨਾ ਦਿਓ ਸਾਡੇ ਸਾਥੀਆਂ ਦੇ ਖਿਲਾਫ਼। ਔਰ ਮੇਰੇ ਭਰਾ ਜਿਹੜਾ ਸੀ ਬਲਕਾਰ ਸਿੰਘ ਮੰਤਰੀ ਉਹ ਇਸ ਗੱਲ ਤੋਂ ਨਹੀਂ ਸੀ ਮੁੱਕਰਿਆ ਔਰ ਉਹਨੇ ਪੁਲਿਸ ਅਫਸਰਾਂ ਨੂੰ ਜਾ ਕੇ ਗੱਲ ਕਹਿੰਦਾ ਰਿਹਾ ਕਿ ਮੈਨੂੰ ਇਹ ਧਮਕੀਆਂ ਦੇ ਰਹੇ ਆ, ਮੇਰਾ ਕਤਲ ਕਰਨ ਨੂੰ ਫਿਰਦੇ ਆ, ਇਸ ਕਰਕੇ ਮੈਨੂੰ ਬਚਾਓ, ਮੈਨੂੰ ਕੋਈ ਮਾਰਾ ਸੁਰੱਖਿਆ ਦਿਓ। ਕੋਈ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਇਸ ਗੱਲ ਦੀ। ਫਿਰ 3/5/2020 ਨੂੰ ਇਹਨਾਂ ਨੇ ਮੇਰੇ ਭਰਾ ਦਾ ਕਤਲ ਕਰਵਾ ਦਿੱਤਾ। ਕਿੱਥੇ ਹੋਇਆ ਸੀ ਉਦੋਂ? ਕੀ ਕਰ ਰਹੇ ਸੀ ਉਦੋਂ? ਕੀ ਆਪਣੇ ਘਰ ਵਿੱਚ ਸੀਗੇ ਜੀ, ਘਰ ਦੇ ਵਿੱਚ ਦਾਖਲ ਹੋ ਕੇ ਇਹਨਾਂ ਨੇ ਮੇਰੇ ਭਰਾ ਦਾ ਜਿਹੜਾ ਕਤਲ ਕੀਤਾ ਜੀ। ਹੁਣ ਤੁਹਾਨੂੰ ਵੀ ਜਿਹੜੀ ਧਮਕੀਆਂ ਆ ਰਹੀਆਂ? ਮੈਨੂੰ ਵੀ ਇਹ ਧਮਕੀਆਂ ਦੇ ਰਿਹਾ ਕਿ ਤੂੰ ਜੇ ਹੁਣ ਨਾ ਪਿੱਛੇ ਹਟਿਆ, ਨਾ ਕੋਈ ਗੱਲ ਇਸ ਗੱਲ ਤੋਂ ਤੂੰ ਆ ਜਾਇਆ ਅਤੇ ਅਸੀਂ ਤੇਰਾ ਵੀ ਕਤਲ ਕਰਵਾਵਾਂਗੇ। ਅਤੇ ਇਸ ਗੱਲ ਨੂੰ ਲੈ ਕੇ ਫਿਰ ਮੈਂ ਹਾਈਕੋਰਟ ਗਿਆ ਜੀ। ਹਾਈਕੋਰਟ ਤੋਂ ਫਿਰ ਮੈਨੂੰ ਪੁਲਿਸ ਪ੍ਰੋਟੈਕਸ਼ਨ ਜਿਹੜੀ ਮਿਲੀ ਆ ਅਤੇ ਇਸ ਕਰਕੇ ਹੁਣ ਥੋੜ੍ਹਾ ਜਿਹਾ ਮੈਨੂੰ ਹੌਸਲਾ। ਧਮਕੀਆਂ ਮਿਲੀਆਂ ਤੁਹਾਨੂੰ? ਨਹੀਂ ਜੀ, ਮੈਨੂੰ ਉੱਦਾਂ ਸਿੱਧੀਆਂ ਧਮਕੀਆਂ ਦੇ, ਫੋਨ ਦਾ ਤਾਂ ਇੰਨਾ ਕੋਈ ਪਤਾ ਵੀ ਰਿਕਾਰਡ ਹੋ ਜਾਂਦਾ ਜੀ, ਫਿਰ ਵੀ ਫੋਨ ਦਾ ਰਿਕਾਰਡ ਬਣ ਜਾਣਾ। ਇਹ ਹੈ ਕਿੱਥੇ ਜੀ? ਤਾਂ ਮੋੜੀ ਦੇ ਰਿਹਾ ਤੁਹਾਨੂੰ ਮੋੜ ਦਵਿੰਦਰ ਸਿੰਘ ਜਵਾਰਾ ਆਪ ਆਪਣੇ ਵੱਖ ਵੱਖ ਬੰਦਿਆਂ ਨੂੰ ਭੇਜਦਾ ਜੀ। ਜੇ ਮੈਂ ਕਿਸੇ ਬੰਦੇ ਨਾਲ ਜਦੋਂ ਕੋਈ ਮੈਨੂੰ ਆਣ ਕੇ ਦੱਸਦਾ, ਮੇਰੇ ਨਾਲ ਕੋਈ ਗੱਲ ਕਰਦੇ ਆ, ਉਹ ਕਹਿੰਦੇ ਭਾਅ ਜੀ ਦੇਖ ਤੈਨੂੰ ਇਹ ਦੱਸ ਸਕਦੇ ਹਾਂ ਪਰ ਤੇਰੇ ਨਾਲ ਜਾ ਕੇ ਅਸੀਂ ਕਿਤੇ ਗਵਾਹੀ ਨਹੀਂ ਦੇ ਸਕਦੇ, ਤੇਰੇ ਭਰਾ ਨੇ ਗਵਾਹੀ ਦਿੱਤੀ ਸੀ ਤਾਂ ਤੇਰੇ ਭਰਾ ਦਾ ਕਤਲ ਹੋ ਗਿਆ, ਅਸੀਂ ਜਾਵਾਂਗੇ ਤਾਂ ਸਾਡਾ ਕਤਲ ਹੋ ਜੂਗਾ। ਲੋਕ ਵੀ ਡਰ ਰਹੇ ਨੇ? ਲੋਕ ਵੀ ਡਰ ਰਹੇ ਜੀ। ਅੱਛਾ, ਪੁਲਿਸ ਨੂੰ ਤੁਸੀਂ ਦਰਖਾਸਤ ਦਿੱਤੀ, ਸ਼ਿਕਾਇਤ ਕੀਤੀ? ਬਹੁਤ ਵਾਰੀ ਸ਼ਿਕਾਇਤਾਂ ਦਿੱਤੀਆਂ ਜੀ ਪਰ ਪੁਲਿਸ ਜਿਹੜੀ ਸੁਣਵਾਈ ਨਹੀਂ, ਹਜੇ ਤੱਕ ਕੋਈ ਵੀ ਨਹੀਂ ਕਰ ਰਹੀ। ਰਲੀ ਹੋਈ ਆ ਪੁਲਿਸ ਇਹਨਾਂ ਨੂੰ? ਕੋਰਟ ਦਾ ਤੁਸੀਂ ਦਰਵਾਜ਼ਾ ਖੜਕਾਇਆ? ਹਾਂਜੀ, ਕੋਰਟ ਦੇ ਵਿੱਚ ਹਾਂਜੀ ਗਏ ਹਾਂ ਜੀ, ਕੋਰਟ ਦਾ ਦਰਵਾਜ਼ਾ ਖੜਕਾਇਆ। ਹੁਣ ਸਾਨੂੰ ਥੋੜ੍ਹੀ ਬਹੁਤੀ ਆਸ ਹੈਗੀ ਆ ਵੀ ਦੇਖੋ ਜੇ ਕੋਈ ਸਾਡਾ ਕੋਈ ਸਹੂਲਤ ਹੋ ਜਾਵੇ ਸਾਨੂੰ। ਕੀ ਕਿਹਾ ਗਿਆ ਤੁਹਾਨੂੰ? ਕੁਛ ਕੋਈ ਸੁਰੱਖਿਆ ਵੀ ਦਿੱਤੀ ਗਈ ਤੁਹਾਨੂੰ? ਹਾਂਜੀ, ਕੋਰਟ ਵੱਲੋਂ ਸੁਰੱਖਿਆ ਦਿੱਤੀ ਗਈ ਆ, ਮੈਨੂੰ 2 ਗਨਮੈਨ ਦਿੱਤੇ ਗਏ ਜੀ। ਤਾਂ ਹੋਰ ਵੀ ਨਾਲ ਹੈਗੇ ਨੇ ਬਾਈ ਜੀ, ਤੁਹਾਡਾ ਕੀ ਮਸਲਾ ਹੈਗਾ ਗਾ ਪੂਰਾ? ਸਾਡਾ ਜੀ ਜ਼ਮੀਨ ਦਾ ਮਸਲਾ, ਨਾਮ ਮੇਰਾ ਸ਼ੰਕਰ ਸਿੰਘ ਆ, ਸਨ ਉਹ ਭਜਨ ਸਿੰਘ, ਸੁਖਦੇਵ ਸਿੰਘ ਮੇਰੇ ਚਾਚਾ ਜੀ ਦੇ ਨਾਂ ਸੀ, ਇਹ ਸਾਂਝੀ ਜ਼ਮੀਨ ਸੀਗੀ। ਅਸੀਂ ਲੋਹੀਆਂ 'ਚ 2008 ਦੇ ਵਿੱਚ ਵੇਚੀ, ਇਹਨਾਂ ਨੇ ਸਾਡੇ ਨਾਲ ਸੌਦਾ ਕੀਤਾ, ਆਣ ਕੇ ਘਰੇ ਆਣ ਕੇ ਕੀਤਾ ਸਾਡੇ ਨਾਲ ਸੌਦਾ। ਸੌਦਾ ਕਰਨ ਆਇਆ ਇਹਨਾਂ ਨੇ? ਪਹਿਲਾਂ ਜੀ 2 ਡੀਲਰ ਘੱਲੇ ਸੀਗੇ, ਆ ਉੱਦਾਂ ਬਾਹਰੋਂ ਡੀਲਰ ਘੱਲੇ ਸੀ, 2 ਸਾਡੇ ਲੋਹੀਆਂ ਦੇ ਸੀ, ਉਹ ਸਾਨੂੰ 50,000 ਰੁਪਇਆ ਦੇ ਕੇ ਸਾਈ ਦੇ ਕੇ ਚਲੇ ਗਿਆ ਸੀ। ਇਹ ਮੁੜ ਕੇ ਦੂਜੇ ਤੀਜੇ ਦਿਨ ਆਏ, ਫਿਰ ਪੈਸੇ ਲੈ ਕੇ ਆਏ ਅਤੇ ਇਹਨਾਂ ਨੇ ਬਿਆਨਾ ਲਿਖਾਇਆ, 2 ਕਰੋੜ ਰੁਪਈਆ ਸਾਨੂੰ ਦੇ ਦਿੱਤਾ ਬਿਆਨੇ ਦਾ, ਤਕਰੀਬਨ 2 ਕਰੋੜ 80 ਲੱਖ ਰੁਪਇਆ ਸਾਨੂੰ ਬਿਆਨਾ ਇਹਨਾਂ ਨੇ ਦੇ ਦਿੱਤਾ ਸਾਰਾ। ਅਤੇ ਟਾਈਮ ਰੱਖ ਲਿਆ ਮੁੜ ਕੇ ਅਸੀਂ ਵੀ ਰਜਿਸਟਰੀ ਕਰਾਉਣ ਦਾ, ਮਤਲਬ ਕਿ ਥੋੜ੍ਹੇ ਸਮੇਂ ਦਾ ਰੱਖ ਲਿਆ। ਤੋ ਜਦੋਂ ਰਜਿਸਟਰੀ ਕਰਾਉਣੀ ਸੀ ਤਾਂ ਉਦੋਂ ਥੋੜ੍ਹੇ ਦਿਨ ਪਹਿਲਾਂ ਸਾਨੂੰ ਸੁਨੇਹਾ ਘੱਲਿਆ, ਕਹਿੰਦਾ ਵੀ ਮੇਰੇ ਕੋਲ 6 ਕਰੋੜ ਜ਼ਮੀਨ ਪਈ ਆ, ਵੀ ਤੁਹਾਨੂੰ ਮੈਂ ਉਹ ਜ਼ਮੀਨ 19 ਲੱਖ ਕਿੱਲੇ ਦੇ ਹਿਸਾਬ ਨਾਲ 32 ਕਿੱਲੇ ਮੇਰੇ ਲਏ ਹੋਏ ਆ, ਪਾਵਰ ਆਫ ਅਟੋਰਨੀ ਮੇਰੇ ਕੋਲ ਹੈਗੀ ਆ, ਫੁੱਲ ਪੇਮੈਂਟ ਦਾ ਬਿਆਨਾ ਵਾ ਤੁਹਾਨੂੰ, ਮੈਂ ਬਾਅਦ 'ਚ ਤੁਹਾਨੂੰ ਰਜਿਸਟਰੀ ਕਰਾ ਦੇਵਾਂਗਾ, ਤੁਸੀਂ ਮੈਨੂੰ ਰਜਿਸਟਰੀ ਕਰਾ ਦਿਉ। ਅਸੀਂ ਕਿਹਾ ਚਲੋ
अं जमीन देखी उतो फरदा फुरदा लवाइया तो फिर बयाना कहता फुल पेमेंट का बयाना वा इन्हें आपके सैन करते सू बयाना नहीं इन्हें दिखाया भी साढ़े मेरे को हैगा जाए उस तो बाद इन्हें साढ़े को रजिस्टरी करा ली अं मुड़ के इनू क्या पंजा चौदह मैं रजिस्टरी कराई क्या मैं अज करा कि बाहर चल जाए कि चलो जो डेट खत्म लगी हो फिर अं ये कोल घर गया चल के करा घर मूहरे बैठे रहना कई तो जाके तो अं क्या भी आह कम इदा वा कहता मेरा सौदा वो कैंसल हो गया वा मैं तुम्हें पैसे दूंगा मैंने एक साल का टाइम दिता जाए साढ़े को होर कुछ है नहीं सी जिला कोई अं 500 रुपये स्टाम के उत्ते लिखा के 7,39,00,000 रुपया को लेना वा तो उन्हें बयाना लिख के साल का टाइम पा लिया जो साल का टाइम भी लंघ गया फिर भी ना ये सूँ लभे ना कदे 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 चल जाए कदे कदे चल जाए कदे कनेडा कदे कदे मैं उत्थे गया कदे कदे मैं उत्थे गया लभे ना जो तो फिर अखीर आ गए अं फिर जलंधर दरखास्त देती एस एस पी दे साडे नाल इदां दा धोखा होया वा सानूं न्याय दवाया जाए इहदे कोलों ते उह वी बस इदां ही इन्हां दे आपदे बंदे सी सारे अज्ज सद्दे उहनूं कल सद्दे आ कदे कदे उहनां नूं समन भेजदे आ कदे कदे कुछ करदे आ करदे आ करदे आ जदों काफ़ी टाइम लंघ गया फिर असीं डी जी पी दे जलंधर चंडीगढ़ आण के इत्थे दरखास्त दित्ती भी सानूं न्याय नहीं मिल रिहा ना सानूं थल्ले अफसर कोई पुछ रिहा वा ना साडी कोई सुणदा वा उन्होंने फिर मारे की एस एस पी उतों उन्हें फिर इदा माड़ा मोट सद सुद के साडे नाल तुहाडा राजीनामा करा देना ऐं करा देना फिर सानूं पता लग गया भी इत्थे साडी सुनाई है नहीं गी असीं उतों डी जी पी नूं कहा के जिहड़ी इनकुआरी सी कपूरथले लै गए असीं कपूरथले रजिंदर सिंह एस एच ओ एस एस पी सीगा उन्हें साडी दरखास्त दे के इनकुआरी की सारा कुछ किया करके कहिंदा इहने उहदे कोल वी अप्रोच कर ली जा के वह भी यही लाप्या गल कहण कहिंदा मैं तुहाडा राजीनामा करा देना कोई गल नहीं तुसीं रहण दो ना चक्करां च पवो कोटां दे तुसीं इदां हो जाओ उदां करदिआं करदिआं सी साडा तकरीबन साल ही निघाता उहने वी मुड़ के हल्का महीना जी आए आ जदों 2017 दे विच तकरीबन इलैक्शन कोर्ट लगदा वा ते उहनां ने फिर साडा परचा दर्ज किया बहुत सुलझे हुए अफसर सी साडी उन्होंने सुनी बहुत साडा उन्होंने फिर इतने परचा दर्ज करके भेजा फिर इन्हें जो चंडीगढ़ परचा वापस गया तो इन्हें फिर उत्थे जाके एप्लीकेशन दिती कहिंदा जी मेरे ते परचा नजायज़ हुंदा वा उत्थे फिर इनकुआरी फिर हुई फिर चार अफसर बैठे इनकुआरी करना चाहने करके तो एक एक नाले 420, 467, 68 धारा वधाइया नाले एक बंदा विच होर इहदे वॉल्यूम कीता बच्चे दे तो उस तो बाद बस मुड़ के उन्होंने इनू डी जी पी वालों गिरफ्तारी के आर्डर से शाहकोट थाने वाले ना उन्होंने को बथेरे ही गेड़े मारिया करिए कदे कि जाया करिए जे एक फड़ाया फड़ाया तो उन्होंने फिर छड़ के उदा ही फिर वापस मुड़ गए ठगी किन्ने करोड़ की ठगी वजे ना 7,39,00,000 की ठगी गई तो हूँ हाई कोर्ट के भी केस आ सारे चलता वा तो न्याय नहीं कोई भी दिता ना उन्होंने को पुलिस फड़ती आ जिन्हें पुलिस अफसर रले हुए आ सारे तो ये तो जान तो भी खतरा जी ने इन्ने कतल कराए आ भाई साहब सारे साढ़े ना रले तो असं खेतों में कल रही एक दो बार धमकाने वास्ते बंदे भी नहीं घले आ साल को तो असं दो जी रही साढ़े परिवार साढ़ा बाहर रहा सारा दसिए पुलिस के सू धमकी आई है साढ़े घर शाहकोट एप्लीकेशन दी लिख के जी भी इदा करके साढ़े खेतों में मैं काम करते इतने बंदे आए मैंने कहते राजीनामा करना कि तू कि करना मैं कहा जी मैं राजीनामा कला किदा करा मेरे इन्ने पैसे फसे मैं उदा कि कर लवा राजीनामा फ्री कह रही राजीनामा मुंडे गए जे मुंडे गए ही सुरक्षा दी तुम जिम्मे मैनू नहीं कोई सुरक्षा दी उन्होंने जी मैं तो खेतों में कला रहा वा दोवें जी बच्चे परिवार सारा बहर और डरते नहीं उतो आते इधर 5-5 साल हो गए ज्ञान जी उन्होंने किसी एम एल ए गल की किसी मंत्री के नाल हालांकि कह रही है आम आदमी पार्टी की सरकार कि असं हर एक दे नाल खड़े हैं देखो चलो हूँ जी नवे आए हैं शायद करे कुछ ना कुछ वो भी तो बाकी देखो कि हूँ न्याय मिलूगा तो न्याय चाहिए वा अं तो आपके हक के पैसे लेने अं कि कोई वो ठगी अं ठगी मारी जो चोरी की अं तो आपके हक की जमीन के पैसे मंगते साडे बजुर्गों ने पता नहीं किदा जमीन बनाई थोड़िया थोड़िया करके कोर्ट के जाली रसीदा में लाइया से भी मैं इन्हों पैसे दे चुका वा बयानिया के पिछले बने लिख के भी इन्ने करोड़ इन्ने देता इन्नी तरीक तीन ने तीन रसीदा बनाइया से वो रसीदा की मुड़ के इनकुआरी हुई भी असल एक नकल वा अं जज ने कहता वकील भी असी नहीं लै पैसे ना ही रसीदा बनाइया वा वो फिर रसीदा जो चैक हुई वो सैन तो मेरे सैन तो मेरे फादर के अंगूठे जाली निकले सारे जाली रसीदा निकल गए उस तो बाद कोर्ट इतने परचा करती है पहला कुछ नहीं देखा उस तो बस पूरी पड़ताल की गई है जी रसीदा सही है सही आ सही उस बाद परचा हों तो परचा शाहकोट वाली पुलिस सानू समझ नहीं क्यों कैंसल करी जाती है कैंसल करता परचा कैंसल करते हले होया नहीं करते उन्होंने ला कोर्ट देता भी परचा कैंसल किया जाए भी क्यों कैंसल कर रहे हो कि पूरी जांच पड़ताल हो गई है कोर्ट ने भी कह दिया जांच पड़ताल सारी हुई है जी ये मिली भुगता पुलिस वाले जिदा शाहकोट एस एच ओ सो
ਨਕੋਦਰ ਕੋਰਟ 'ਚ ਦੇ ਗਿਆ ਜੀ ਪਰਚਾ ਕੈਂਸਲ ਕੀਤਾ ਜਾਵੇ, ਪਰ ਅਸੀਂ ਵਕੀਲ ਕਰਕੇ ਮੂਹਰੇ ਰੋਕਤਾ ਵੀ ਇਹ ਪਰਚਾ ਕੈਂਸਲ ਨਹੀਂ ਹੋਣਾ ਚਾਹੀਦਾ। ਉਹ ਹੁਣ ਤਰੀਕਾਂ ਪੈਂਦੀਆਂ, ਦੇਖੋ ਇੱਕ ਦੋ ਤਰੀਕਾਂ ਪਈਆਂ ਵਾ, ਦੇਖੋ ਅੱਗੇ ਕੀ ਨਿਬੜਦੀ ਆ। ਉਹ 'ਚ ਪਰਚਾ ਤਾਂ ਜਿਹੜਾ ਹੋਣਾ ਉਹ ਤਾਂ ਹੋਇਆ ਹੀ ਹੋਇਆ ਹੁਣ ਉੱਤੇ, ਅਤੇ ਇੱਦਾਂ ਕਰਕੇ ਆ ਪੁਲਿਸ ਨਾਲ ਮਿਲੀ ਭੁਗਤਣਾ ਸਾਰੇ ਕੰਮ ਕਰ ਰਿਹਾ ਜੀ। ਅਤੇ ਫਿਰ ਜਿਹੜੇ ਪੈਲੀ ਦਾ ਨੇ ਬਿਆਨਾ ਕਰਕੇ ਦਿੱਤਾ ਸਾਨੂੰ, ਸ਼ਾਹਕੋਟ ਵਾਲੀ ਪੈਲੀ ਦਾ ਬਿਆਨਾ ਕਰਕੇ ਦਿੱਤਾ, ਉਹ ਬੰਦੇ ਅਮੈਰੀਕਾ ਰਹਿੰਦੇ ਸੀਗੇ, ਉਹਨਾਂ ਦੀ ਪੈਲੀ ਦਾ ਜਾਲੀ ਬਿਆਨਾ ਕਰਕੇ ਸਾਨੂੰ ਦੇ ਗਿਆ। ਉਹ ਖੁਦ ਆਣ ਕੇ ਹਰਫੀਆ ਬਿਆਨ 'ਤੇ ਲਿਖ ਕੇ ਦੇ ਕੇ ਗਏ ਆ ਡਿਪਟੀ ਸਿੰਘ ਅਤੇ ਅਮਰਜੀਤ ਕੌਰ ਵੀ ਇਹ ਜ਼ਮੀਨ ਸਾਡੀ ਆ, ਅਸੀਂ ਨਹੀਂ ਵੇਚਦੇ ਉਹਨਾਂ ਨੂੰ। ਇਹ ਉਹਨਾਂ ਦੇ ਬਜ਼ੁਰਗਾਂ ਨੂੰ ਪੈਲੀ ਅੰਗਰੇਜ਼ਾਂ ਨੇ ਇਨਾਮ 'ਚ ਦਿੱਤੀ ਸੀ, ਸਾਰਾਗੜੀ ਦੀ ਲੜਾਈ ਹੋਈ ਸੀ, ਜੀਵਨ ਸਿੰਘ ਉਹਨਾਂ ਦਾ ਬਜ਼ੁਰਗ ਸ਼ਹੀਦ ਹੋਇਆ ਸੀ ਉਹ ਜ਼ਮੀਨ ਉਸ ਲੜਾਈ ਦੇ ਵਿੱਚ। ਉਹਨਾਂ ਨੂੰ ਉਦੋਂ ਦੇ ਗੋਰੇ ਉਹਨਾਂ ਨੂੰ ਬਜ਼ੁਰਗਾਂ ਨੂੰ ਦੇ ਕੇ ਗਏ ਹੋਏ ਜ਼ਮੀਨ, ਉਹਨਾਂ ਦੀਆਂ ਜਗ੍ਹਾ ਵੀ ਵਿੱਚ ਬਣੀਆਂ ਹੋਈਆਂ, ਉਹ ਕਹਿੰਦੇ ਅਸੀਂ ਜ਼ਮੀਨ ਕਦੇ ਵੀ ਨਹੀਂ ਵੇਚਦੇ, ਸਾਨੂੰ ਤਾਂ ਬਜ਼ੁਰਗਾਂ ਦੀ ਸਾਡੀਆਂ ਦੀਆਂ ਨਿਸ਼ਾਨੀਆਂ, ਅਸੀਂ ਕਦੇ ਜ਼ਮੀਨ ਵੇਚਣ ਦਾ ਨਾਂ ਹੀ ਨਹੀਂ ਲੈਂਦੇ ਕਦੇ ਵੀ। ਕੋਈ ਹੋਰ ਜ਼ਮੀਨ ਦਿਖਾਤੀ? ਹਾਂਜੀ ਹਾਂਜੀ, ਉਹਨਾਂ ਦੀ ਜ਼ਮੀਨ ਦਿਖਾਤੀ ਉਹਨਾਂ ਨੇ ਤੁਹਾਨੂੰ? ਸਾਨੂੰ ਦਿਖਾਤੀ ਉਹਨਾਂ ਦੀ ਜ਼ਮੀਨ, ਤੁਹਾਨੂੰ ਵੀ ਕਹਿਤਾ ਵੀ ਸਾਡੀ ਹੈ। ਕਹਿੰਦਾ ਮੇਰੀ ਫੁੱਲ ਪੇਮੈਂਟ ਦੇ ਬਿਆਨੇ 'ਤੇ ਲਈ ਹੋਈ ਆ, ਤਾਂ ਤੁਹਾਨੂੰ ਮੈਂ ਰਜਿਸਟਰੀ ਕਰਾ ਦੇਣੀ ਆ, ਤਾਂ ਹੈ ਕੁਛ ਨਹੀਂ, ਸਾਰਾ ਕੁਝ ਜਾਲੀ ਬਣਾਇਆ ਹੋਇਆ ਸੀ, ਅਤੇ ਜਾਲੀ ਸਾਡੇ ਵੱਲੋਂ ਰਸੀਦਾਂ ਬਣਾ ਕੇ ਲਾਤੀਆਂ ਕਿ ਮੈਂ ਪੈਸੇ ਦੇ ਚੁੱਕਾ ਹਾਂ ਇਹਨਾਂ ਨੂੰ। ਇੱਦਾਂ ਕਰਕੇ ਸਾਡੇ ਨਾਲ ਜਿਹੜੀ ਵੀ ਜੋ ਵੀ ਹੁੰਦੀ ਸੀਗੀ ਹੈ ਨਾ ਗੱਲਬਾਤ ਹੁੰਦੀ ਸੀ, ਜਾਂ ਕੋਈ ਜ਼ਮੀਨ ਨੂੰ ਲੈ ਕੇ ਜਾਂ ਸੌਦੇ ਨੂੰ ਲੈ ਕੇ, ਜਿੱਤਾ ਆਪ ਹੁੰਦਾ ਸੀ? ਹਾਂ ਆਪ ਹੁੰਦਾ ਸੀ, ਜਦੋਂ ਇਹਨੇ ਰਜਿਸਟਰੀਆਂ ਕਰਾਈਆਂ ਨੇ ਆਪ ਕਰਾਈਆਂ, ਜਦੋਂ ਬਿਆਨਾ ਕਰਾਇਆ ਇਹਨੇ ਆਪ ਕਰਾਇਆ, ਤਹਿਸੀਲਦਾਰ ਦੇ ਬਹਿ ਕੇ ਅਰਜੀ ਨਵੀਸ ਦੇ ਬਹਿ ਕੇ ਬਿਆਨਾ ਕਰਾਇਆ ਇਹਨੇ, ਸਾਡੇ ਕੋਲ ਵੀ ਰਜਿਸਟਰੀਆਂ ਕਰਾਈਆਂ ਸਾਰੀਆਂ ਇਹਨੇ ਕਰਾਈਆਂ, ਆਪ ਨਾਲ ਕਰਾਈਆਂ ਕੁਸੇ ਨੇ, ਪਾਵਰ ਆਫ ਅਟੋਰਨੀ ਲੈ ਲਈ ਸੀ ਥੋੜ੍ਹੀ ਜਿਹੀ, ਉਹ ਇਹਨੇ ਗੁਰਪ੍ਰੀਤ ਦੇ ਨਾਂ ਜ਼ਮੀਨ ਕਰਾਤੀ, ਪਹਿਲਾਂ ਆਪਦਾ ਸਾਰਾ ਕੰਮ ਨਿਬੇੜ ਕੇ ਮੁੜ ਕੇ ਸਾਨੂੰ ਬਾਅਦ 'ਚ ਪਤਾ ਲੱਗਾ ਕਹਿੰਦਾ ਮੇਰਾ ਸੌਦਾ ਕੈਂਸਲ ਹੋ ਗਿਆ ਹੁਣ ਇਹਦਾ। ਤੁਹਾਡੇ ਬਜ਼ੁਰਗ ਸੀ ਜਾਂ ਜਿਹੜੇ ਜਿਨ੍ਹਾਂ ਨੇ ਜ਼ਮੀਨ ਖਰੀਦੀ ਸੀ, ਕੋਈ ਮਾੜੀ ਮੋਟੀ ਜਾਂਚ ਪੜਤਾਲ ਉਸ ਸਮੇਂ ਤੁਸੀਂ ਨਹੀਂ ਕੀਤੀ ਸੀ? ਕੀਤੀ ਸੀ, ਅਸੀਂ ਕਹਿੰਦਾ ਵੀ ਜ਼ਮੀਨ ਉਹਨਾਂ ਦੇ ਨਾਂ ਹੀ ਆ, ਡਿਪਟੀ ਸਿੰਘ ਉਹਨਾਂ ਦੇ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਦੀ ਫਰਦ ਲਵਾਈ ਆ, ਇਹ ਬਿਆਨਾ ਕਹਿੰਦਾ ਮੇਰਾ ਬਿਆਨਾ ਕੀਤਾ ਹੋਇਆ ਜ਼ਮੀਨ ਦਾ, ਮੈਂ ਬਿਆਨੇ ਤੋਂ ਬਿਆਨਾ ਤੁਹਾਨੂੰ ਕਰਾ ਸਕਦਾ ਹਾਂ, ਇੱਦਾਂ ਸਾਨੂੰ ਬਿਆਨੇ ਤੋਂ ਬਿਆਨਾ ਕਰਾ ਕੇ ਸਾਡੀ ਜ਼ਮੀਨ ਦੀ ਰਜਿਸਟਰੀ ਕਰਾ ਲਈ ਇਹਨੇ, ਅਤੇ ਇੱਦਾਂ ਕਰਕੇ ਮੁੜ ਕੇ ਗੱਲਾਂ ਲਾ ਲਾ ਕੇ ਟਾਈਮ ਲੰਘਾ ਕੇ 2009 ਤੋਂ ਲੈ ਕੇ 2023 ਆ ਗਿਆ, 12-13 ਸਾਲ ਹੋ ਗਏ ਮੈਨੂੰ ਧੱਕੇ ਖਾਂਦੇ ਨੂੰ ਇਹਦੇ ਕੋਰਟਾਂ ਦੇ ਵਿੱਚ, ਠਾਣੇ 13 ਸਾਲਾਂ ਦੇ ਵਿੱਚ ਅਲੱਗ ਅਲੱਗ ਸਰਕਾਰਾਂ ਰਹੀਆਂ, ਕਿਸੇ ਨੇ ਵੀ ਤੁਹਾਡੀ ਗੱਲ ਨਹੀਂ ਸੁਣੀ? ਕੋਈ ਨਹੀਂ ਸੁਣਦਾ ਜੀ ਕਿਸੇ ਦੀ ਵੀ, ਇਹ ਸਾਰੇ ਜਿੰਨੇ ਸੀਗੇ ਇਹਦਾ ਕੋਈ ਪੈਸਾ ਸੀਗਾ, ਪੈਸੇ ਦੇਈ ਜਾਂਦਾ ਸੀ ਲੋਕਾਂ ਨੂੰ, ਆਪਦਾ ਕੰਮ ਚਲਾਈ ਜਾਂਦਾ ਸੀ। ਤਾਂ ਵਾਸੂ ਜੀ ਹੈਗੇ ਨੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਨੇ, ਇਹਨਾਂ ਦੇ ਵੱਲੋਂ ਵੀ ਇਲਜ਼ਾਮ ਲਾਏ ਜਾ ਰਹੇ ਨੇ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ, ਕਿਸ ਤਰ੍ਹਾਂ ਦੀ ਧਮਕੀਆਂ ਤੁਹਾਨੂੰ ਜੀਤੇ ਮੋੜ ਦੇ ਵੱਲੋਂ ਦਿੱਤੀਆਂ ਜਾ ਰਹੀਆਂ? ਜੀਤੇ ਮੋੜ ਵੱਲੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਜੀ, ਉਹ ਇਸ ਕਰਕੇ ਦਿੱਤੀਆਂ ਗਈਆਂ ਕਿਉਂਕਿ ਮੇਰੇ ਕੋਲ ਇੱਕ NRI ਨਰਿੰਦਰ ਸਿੰਘ ਨਾਮ ਦਾ ਵਿਅਕਤੀ ਆਇਆ ਸੀ, ਜਿਸ ਨੇ ਮੈਨੂੰ ਦੱਸਿਆ ਵੀ ਉਸਦੀ 32 ਕਰੋੜ ਦੀ ਜਾਇਦਾਦ ਰਣਜੀਤ ਸਿੰਘ ਨੇ ਗ੍ਰੈਬ ਕਰ ਲਈ ਹੈ, ਹਥਿਆ ਲਈ ਹੈ। ਅਤੇ ਜਦੋਂ ਮੈਂ ਉਸਨੂੰ ਕਿਹਾ ਵੀ ਤੂੰ ਪੁਲਿਸ ਨੂੰ ਜਾ ਕੇ ਦੱਸ, ਅਤੇ ਉਹ DGP ਆਫਿਸ ਗਿਆ ਅਤੇ ਉੱਥੇ ਉਹਨੇ ਐਪਲੀਕੇਸ਼ਨ ਮੂਵ ਕੀਤੀ, ਆਪਣੇ ਪਾਸਪੋਰਟ ਦੀ ਡਿਟੇਲਸ ਲਗਾਈਆਂ ਵੀ ਉਹਨਾਂ ਸਾਲਾਂ 'ਚ ਮੈਂ ਕਦੀ ਇੰਡੀਆ ਨਹੀਂ ਆਇਆ, ਉਸ ਦਰਖਾਸਤ ਦਾ ਵੀ ਹਜੇ ਕੁਛ ਨਹੀਂ ਬਣਿਆ। ਉਸ ਸਮੇਂ ਦੇ ਵਿੱਚ ਦਿਖਾਤੀ ਜਿਸ ਸਮੇਂ ਦੇ ਵਿੱਚ ਉਹ ਇੰਡੀਆ ਆਏ ਨਹੀਂ, ਉਹ NRI ਤੁਹਾਡੇ ਖਾਸਮ ਖਾਸ ਨੇ, ਕੋਈ ਰਿਸ਼ਤੇਦਾਰ ਨੇ ਜਾਂ ਵੈਸੇ ਜਾਣ ਪਛਾਣ? ਉਹ ਖਾਸਮ ਖਾਸ ਤਾਂ ਕੋਈ ਨਹੀਂ ਜੀ, ਉਹ ਵੈਸੇ ਮੇਰੇ ਕੋਲ ਆਏ ਸੀਗੇ ਸੁਲਤਾਨਪੁਰ ਲੋਧੀ ਮਿਲਣ ਵਾਸਤੇ, ਅਤੇ ਉਹਨਾਂ ਨੇ ਫਿਰ ਮੈਨੂੰ ਦੱਸੀ ਇਹ ਗੱਲ। ਅਤੇ ਉਸ ਤੋਂ ਬਾਅਦ ਰਣਜੀਤ ਸਿੰਘ ਜੀਤੇ ਮੌੜ ਨੂੰ ਜਦੋਂ ਪਤਾ ਲੱਗਾ ਵੀ ਮੈਂ ਇਸ NRI ਦੀ ਮਦਦ ਕਰ ਰਿਹਾ, ਅਤੇ ਇਸ ਦਾ ਮੈਨੂੰ ਫੋਨ ਆਉਂਦਾ 25/11/2019 ਨੂੰ, ਜਿਹਦੇ 'ਚ ਸਾਫ਼ ਲਫਜ਼ਾਂ ਦੇ ਵਿੱਚ ਮੈਨੂੰ ਕਹਿੰਦਾ ਵੀ ਤੇਰੇ ਸਿਰ ਦੇ ਵਿੱਚ ਗੋਲੀਆਂ ਮਾਰਾਂਗਾ, ਤੂੰ ਮੈਨੂੰ ਹਜੇ ਜਾਣਦਾ ਨਹੀਂ। 26 ਤਰੀਕ ਨੂੰ ਫਿਰ ਸਵੇਰੇ ਫੋਨ ਆਇਆ, ਕਹਿੰਦਾ ਜਿਸ ਤਰ੍ਹਾਂ ਮੈਂ ਚਰਨ ਸਿੰਘ ਨੂੰ ਵੱਢਿਆ ਸੀਗਾ ਉਸ ਤਰ੍ਹਾਂ ਨਾਲ ਤੈਨੂੰ ਵੱਢਾਂਗਾ, ਉਹ ਰਿਕਾਰਡਿੰਗ ਮੇਰੇ ਪਾਸ ਪਈ ਹੈ, ਅੱਜ ਵੀ ਮੈਨੂੰ ਉਸ ਤੋਂ ਪੂਰਾ ਜਾਣ ਤੋਂ ਆਪਣੀ ਜਾਨ ਤੋਂ ਖਤਰਾ ਵਾ, ਇਕੱਲਾ ਮੈਂ ਨਹੀਂ, ਦੇਖੋ ਕਿੰਨੇ ਸਾਰੇ ਵਿਕਟਮਸ ਆਏ ਹੋਏ ਆ। ਹੁਣ ਇੱਕ ਫੁਨੀ ਗੱਲ ਹੋਈ ਹੈ ਜੀ ਬਲਦੇਵ ਹੋਣਾ ਨਾਲ ਜਲੰਧਰ ਤੋਂ, ਉਹ ਵੀ 5 ਮਿੰਟ ਤੱਕ ਤੁਹਾਡੇ ਕੋਲ ਪਹੁੰਚ ਰਹੇ ਨੇ, ਉਹਨਾਂ ਦੇ ਬੇਟੇ ਦਾ ਚਿੱਟਾ ਪਲਾ ਕੇ ਮਾਰ ਦਿੱਤਾ, ਉਸ ਤੋਂ ਬਾਅਦ 15-20 ਕਰੋੜ ਰੁਪਏ ਦੀ ਜਾਇਦਾਦ ਉਹਨਾਂ ਦੀ ਜਲੰਧਰ ਗ੍ਰੈਬ ਕਰ ਲਈ ਇਸ ਨੇ। ਬਹੁਤ ਸਾਰੇ ਪੀੜਤ ਨੇ, ਹਜੇ ਬਟਾਲੇ ਤੋਂ ਕਾਫੀ ਲੋਕ ਆਉਣਾ ਚਾਹੁੰਦੇ ਨੇ ਜੀ, ਸਾਰੇ ਹੀ ਜੀਤਾ ਮੋੜ ਵੱਲੋਂ ਪਰੇਸ਼ਾਨ ਕੀਤੇ ਗਏ ਨੇ। ਹਾਂਜੀ, ਬਹੁਤ ਹੀ ਜ਼ਿਆਦਾ, ਮਤਲਬ ਜਿਹਨੂੰ ਕਹਿੰਦੇ ਨਾ ਜੀ ਆਪਾਂ, ਬੇਰਹਿਮ ਕਿਸਮ ਦਾ ਵਿਅਕਤੀ ਹੈ ਜੀ ਇਹ। ਇੰਨੀਆਂ ਦਰਖਾਸਤਾਂ ਗਈਆਂ ਨੇ, ਇੰਨੇ ਮਾਮਲੇ ਤੁਸੀਂ ਕਹਿ ਰਹੇ ਹੋ ਦਰਜ ਨੇ, ਫਿਰ ਵੀ ਕਿਉਂ ਲੱਗਦਾ ਤੁਹਾਨੂੰ ਕਿਸੇ ਦੇ ਸ਼ਹਿ 'ਤੇ ਹੋ ਰਿਹਾ, ਕਿਉਂ ਨਹੀਂ ਫੜਿਆ ਜਾ ਰਿਹਾ? ਸ਼ਹਿ ਅਫਸਰਾਂ ਦੀ ਸ਼ਹਿ ਹੈ ਜੀ, ਪੁਲਿਸ ਵਾਲਿਆਂ ਨਾਲ ਭਾਈਵਾਲੀਆਂ, ਬੜੇ ਬੜੇ ਅਫਸਰਾਂ ਨਾਲ ਭਾਈਵਾਲੀਆਂ ਵਾ ਜੀ ਇਹਦੀਆਂ, ਉਹ ਇਹਨੂੰ ਹਰ ਵਾਰ ਸ਼ੈਲਟਰ ਕਰਦੇ ਨੇ। ਮਤਲਬ ਸਾਡੇ ਕੋਲ ਸਬੂਤ ਨੇ ਵੀ ਇਹ ਗੈਂਗਸਟਰਾਂ ਦਾ ਭਾਈਵਾਲ ਆ, ਗੈਂਗਸਟਰ ਆਪ ਮੰਨਦੇ ਪਏ ਆ ਵੀ ਅਸੀਂ ਰਣਜੀਤ ਸਿੰਘ ਨਾਲ ਕੰਮ ਕਰਦੇ ਹਾਂ, ਇਸ ਤੋਂ ਜ਼ਿਆਦਾ ਸਬੂਤ ਅਸੀਂ ਕੀ ਦਈਏ? ਜਿਹੜੀ ਤੁਸੀਂ ਰਿਕਾਰਡਿੰਗ ਦੀ ਗੱਲ ਕੀਤੀ, ਤੁਹਾਡੇ ਕੋਲ ਰਿਕਾਰਡਿੰਗ ਹੈਗੀ ਹੈ, ਤੁਹਾਨੂੰ ਧਮਕੀ ਮਿਲੀ ਸੀ, ਉਹ ਪੁਲਿਸ ਨੂੰ ਦਿਖਾਈਏ ਤੁਸੀਂ? ਮੈਂ ਕਿਹਾ ਮੈਂ ਹਾਈ ਕੋਰਟਸ ਦੇ ਵਿੱਚ ਵੀ ਲਗਾਈ ਹੈ ਜੀ, ਪੁਲਿਸ ਨੂੰ, ਪੁਲਿਸ ਨੇ
इस मैटर नूं सुनूगी साडे नाल इंसाफ करूगी उह। ਨੰਗੀ ਲੰਬੀਆਂ ਦਾ ਕਤਲ ਹੋ ਗਿਆ ਇਹ ਵੀ ਕਹਿ ਰਹੇ ਨੇ ਇਲਜ਼ਾਮ ਲੱਗ ਨੇ ਕਿ ਉਹਦੇ ਵਿੱਚ ਵੀ ਜੀਤਾ ਮੋੜ ਦਾ ਕਿਤੇ ਨਾ ਕਿਤੇ ਹੱਥ ਹੈਗਾ। ਦੇਖੋ ਜਿਸ ਗੈਂਗਸਟਰ ਨੇ ਨੰਗਾ ਲੰਬੀਆਂ ਦਾ ਕਤਲ ਕੀਤਾ ਨਾਮਜ਼ਦਾ ਪੁਨੀਤ ਲਖਨਪਾਲ, ਉਸੇ ਗੈਂਗਸਟਰ ਨੇ ਚਰਨ ਸਿੰਘ ਦੇ ਉੱਤੇ ਹਮਲਾ ਕੀਤਾ, ਉਹਨੂੰ ਜਾਨੋ ਮਾ ਉਹ ਤਾਂ ਬਾਏ ਲੱਕ ਬਚ ਗਿਆ। ਅਤੇ ਉਹ ਗੈਂਗਸਟਰ ਆਪ ਕੋਰਟ ਦੇ ਵਿੱਚ ਮੰਨ ਰਿਹਾ ਵੀ ਮੈਂ ਰਣਜੀਤ ਸਿੰਘ ਨਾਲ ਕੰਮ ਕਰਦਾ ਵਾਂ। ਦਵਿੰਦਰ ਲਖਨਪਾਲ ਦੀ ਗੱਲ ਕਰ ਰਹੇ ਲਖਨਪਾਲ ਦੀ, ਫਿਰ ਦਵਿੰਦਰ ਜਵਾਰਾ ਉਹ ਆਰ ਬੀ ਆਰ ਕੰਪਨੀ 'ਚ ਭਾਈਵਾਲ ਆ, ਕੋਰਟ ਦੇ ਵਿੱਚ ਦੋਨਾਂ ਨੇ ਮੰਨਿਆ ਸੀ ਇੱਕ ਦੂਜੇ ਦੇ ਭਾਈਵਾਲ ਆ ਆਰ ਬੀ ਆਰ ਕੰਪਨੀ ਦੇ ਵਿੱਚ। ਦਵਿੰਦਰ ਸਿੰਘ ਜਵਾਰਾ ਉਹ ਆ ਜਿਹੜਾ 85 ਕਿਲੋ ਕੋਕੇਨ ਦੇ ਨਾਲ ਅਮੈਰੀਕਾ ਦੇ ਅੰਡਰ ਕਵਰ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਸੀ। ਉਹ ਦੋਨੇ ਆਪਸ ਦੇ ਵਿੱਚ ਮੰਨ ਰਹੇ ਆ ਵੀ ਅਸੀਂ ਆਰ ਬੀ ਆਰ ਕੰਪਨੀ 'ਚ ਭਾਈਵਾਲ ਹਾਂ। ਸੁੱਖਾ ਕਾਲਵਾ ਦਾ ਵੀ ਉਹਨਾਂ ਨੇ ਇੱਕ ਕੋਰਟ 'ਚ ਜ਼ਿਕਰ ਕੀਤਾ ਸੀ? ਕੋਰਟ 'ਚ ਨਹੀਂ, ਉਹ ਮੈਨੂੰ ਰਿਕਾਰਡਿੰਗ ਆਈ ਹੈ ਜੀ, ਯੂਕੇ ਤੋਂ ਕਿਸੇ ਨੇ ਭੇਜੀ ਹੈ। ਉਸ ਰਿਕਾਰਡਿੰਗ ਦੇ ਵਿੱਚ ਰਣਜੀਤ ਸਿੰਘ ਕਹਿ ਰਿਹਾ ਜਿਨ੍ਹਾਂ ਮੁੰਡਿਆਂ ਤੋਂ ਮੈਂ ਸੁੱਖਾ ਕਾਹਲਵਾਂ ਨੂੰ ਮਰਵਾਇਆ ਸੀ ਉਹਨਾਂ ਮੁੰਡਿਆਂ ਨੇ ਹੀ ਚਰਨ ਸਿੰਘ ਦੇ ਉੱਤੇ ਹਮਲਾ ਕੀਤਾ। ਇਹ ਰਿਕਾਰਡਿੰਗ ਤੁਹਾਨੂੰ ਆਈ ਹੈ, ਤੁਹਾਨੂੰ ਕਿਵੇਂ ਪੱਕਾ ਪਤਾ ਵੀ ਜੀਤੇ ਮੋੜ ਦੀ ਹੀ ਆਵਾਜ਼ ਹੈ? ਹਾਂਜੀ ਉਹਦੀ ਆਵਾਜ਼ ਹੈ ਜੀ ਬਿਲਕੁਲ, ਉਹ ਓਰੀਜਨਲ ਇੰਸਟਰੂਮੈਂਟ ਵੀ ਸਾਡੇ ਕੋਲ ਆ ਉਹਦੀ। ਜਾਂਚ ਕਰਵਾਈ ਤੁਸੀਂ? ਆਡੀਓ ਕਰਵਾਈ ਨਹੀਂ, ਹੁਣ ਕਰਵਾਵਾਂਗੇ ਕੋਰਟ ਜਦੋਂ ਆਰਡਰ ਕਰੇਗੀ ਉਹਦੀ ਜਾਂਚ ਵੀ ਕਰਵਾਵਾਂਗੇ ਅਸੀਂ। ਉਸ ਰਿਕਾਰਡਿੰਗ ਦੇ ਵਿੱਚ ਤਾਂ ਉਹਨੇ ਇਹ ਵੀ ਕਿਹਾ ਵੀ ਮੇਰੇ ਨਾਲ 9-9 ਗਨਮੈਨ ਨੇ, ਮੇਰੇ ਬੜੇ ਬੜੇ ਪੁਲਿਸ ਅਫਸਰਾਂ ਨਾਲ 5-5 ਐੱਸ ਐੱਸ ਪੀ ਮੈਂ ਲਵਾਏ ਹੋਏ ਆ, ਉਹਦੇ 'ਚ ਬਹੁਤ ਗੱਲਾਂ ਇਹ ਕਰ ਰਿਹਾ। ਫਿਰ ਕਹਿੰਦਾ ਅਨਿਲਪਾਲ ਬਿੱਲਾ ਮਾਰਤਾ, ਸਾਰੀਆਂ ਗੱਲਾਂ ਆਪ ਹੀ ਮੰਨੀਆਂ ਹੋਈਆਂ ਉਸ ਰਿਕਾਰਡਿੰਗ ਦੇ ਵਿੱਚ, ਜੋ ਅਸੀਂ ਇਲਜ਼ਾਮ ਲਗਾ ਰਹੇ ਹਾਂ ਉਸ ਰਿਕਾਰਡਿੰਗ ਦੇ ਵਿੱਚ ਆਪ ਹੀ ਮੰਨਿਆ ਹੋਇਆ। ਕੀ ਤੁਹਾਡੀ ਰਹੇਗੀ ਕੋਈ ਕੀ ਅੱਗੇ ਕਦਮ ਕੀ ਰਹੇਗਾ ਤੁਹਾਡਾ ਹੁਣ ਅੱਗੇ ਕੀ ਮੰਗ ਕਰਦੇ ਹੋ? ਦੇਖੋ ਸਾਡਾ ਕਦਮ ਤਾਂ ਇਹ ਹੈ ਜੀ ਵੀ ਅਸੀਂ ਜਿੱਥੇ ਸਾਡਾ ਜ਼ੋਰ ਚੱਲੂਗਾ, ਜਿੱਥੇ ਸਾਨੂੰ ਜਾਣਾ ਪਊਗਾ ਅਸੀਂ ਉੱਥੇ ਜਾਵਾਂਗੇ, ਸਰਕਾਰ ਦੇ ਦਰਵਾਜ਼ੇ ਖੜਕਾਵਾਂਗੇ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਹਰ ਇੱਕ ਸਟੈਪ ਚੱਕਾਂਗੇ ਵੀ ਜਿਸ ਨਾਲ ਇਹਨੂੰ ਸਜ਼ਾ ਮਿਲ ਸਕੇ। ਪੇਸ਼ੇ ਵਜੋਂ ਕੀ ਹੈਗੇ ਹੋ? ਮੈਂ ਭ੍ਰਿਗੂ ਦਰਬਾਰ ਸੁਲਤਾਨਪੁਰ ਲੋਧੀ, ਸਾਡੇ ਫੋਰ ਫਾਦਰ ਦੀ ਗੱਦੀ ਚੱਲੀ ਆ ਰਹੀ ਹੈ ਜੀ, ਉੱਥੇ ਮੈਂ ਸੇਵਾਦਾਰ ਹਾਂ ਜੀ। ਮੇਰੇ ਫਾਦਰ ਐਨ ਆਰ ਆਈ ਮਿਲੇ ਸੀਗੀ ਜਿਹਦੀ ਗੱਲ, ਸੰਗਤ ਆਉਂਦੀ ਹੈ ਜੀ ਉੱਥੇ, ਫਿਰ ਉਹ ਐਨ ਆਰ ਆਈ ਵੀ ਮੈਨੂੰ ਮਿਲਿਆ ਸੀ। ਤਾਂ ਸਨ ਵਾਸੂ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹੈਗੇ ਨੇ, ਤਾਂ ਜਿਨ੍ਹਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ ਆ ਇਹ ਸਬੂਤ ਲੈ ਕੇ ਤੱਥ ਲੈ ਕੇ ਹੈਗੇ ਨੇ ਮੀਡੀਆ ਦੇ ਸਾਹਮਣੇ ਆਏ ਨੇ। ਤਾਂ ਜੀਤਾ ਮੋੜ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈਗੇ, ਉਹ 'ਤੇ ਇਲਜ਼ਾਮ ਬਹੁਤ ਲਾ ਰਹੇ ਨੇ, ਹਾਲਾਂਕਿ ਕਹਿ ਰਹੇ ਨੇ ਕਿ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਰਹਿੰਦੇ ਹੋਏ ਅਸੀਂ ਜਿਹੜਾ ਇਨਸਾਫ ਦੀ ਮੰਗ ਕਰਦੇ ਹਾਂ, ਅਤੇ ਉਮੀਦ ਵਿੱਚ ਉਤਾਰੇ ਨੇ ਕਿ ਸਾਨੂੰ ਇਨਸਾਫ ਜਿਹੜਾ ਹੈਗਾ ਜ਼ਰੂਰ ਮਿਲੇਗਾ। ਵੀਡੀਓ ਜਰਨਲਿਸਟ ਗੁਰੀ ਦੇ ਨਾਲ ਕਮਲਦੀਪ ਕੌਰ, ਚੰਡੀਗੜ੍ਹ।